ਸਵਾਗਤ ਹੈ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਅਮਿਤ ਜਿੰਦਲ ਹਾਂਜੀ ਅਦੀਨ ਸੇਵਾਵਾ ਚੌਨਗੋੜ ਪੰਜਾਬ 1 ਵਿਭਾਗ ਸੈਕਟਰ 68 ਐਸ ਐਸ ਨਗਰ ਦੇ ਵੱਲੋਂ ਜਨਤਕ ਸੂਚਨਾ ਆਈ ਹੈ ਜੀ ਪਟਵਾਰੀ ਦਾ ਜੋ ਪੇਪਰ ਹੋਇਆ ਸੀ ਉਹਦੇ ਨਾਲ ਸੰਬੰਧਿਤ ਹੈ ਪਟਵਾਰੀ ਜ਼ਿਲ੍ਹਾਦਾਰ ਤੇ ਇਰੀਗੇਸ਼ਨ ਬੁਕਿੰਗ ਕਲਰਕ ਨਹਿਰੀ ਪਟਵਾਰੀ ਦੀਆਂ ਪ੍ਰਕਾਸ਼ਿਤ 1152 ਅਸਾਮੀਆਂ ਦੇ ਨਾਲ ਸੰਬੰਧਿਤ ਬਹੁਤ ਹੀ ਮਹੱਤਵਪੂਰਨ ਇਨਫੋਰਮੇਸ਼ਨ 18 ਅਗਸਤ 2021 ਦੀ ਮਿਤੀ ਦੇ ਵਿੱਚ ਵਿਭਾਗ ਦੀ ਅਫੀਸ਼ੀਅਲ ਵੈੱਬਸਾਈਟ ਦੇ ਉੱਪਰ ਇਹਦੇ ਵਿੱਚ ਦੱਸਿਆ ਗਿਆ ਜੀ ਇਹ ਇਨਾ ਜੋ ਪੇਪਰ ਹੋਇਆ ਸੀ ਇਹ ਇਸ਼ਤਿਹਾਰ ਹੈ ਜੀ 1/2021 ਇਹ ਜੋ ਪੇਪਰ ਹੋਇਆ ਸੀ ਉਹਦੇ ਲਈ ਦੂਸਰੇ ਚਰਨ ਦੀ ਲਿਖਤੀ ਪ੍ਰੀਖਿਆ ਦੀ ਮਿਤੀ ਐ ਘੋਸ਼ਿਤ ਕੀਤੀ ਗਈ ਹੈ ਉਹ ਦੂਸਰੀ ਚਰਨ ਦੀ ਜੋ ਲਿਖਤੀ ਪ੍ਰੀਖਿਆ ਉਹ 5 ਸਤੰਬਰ 2021 ਦਿਨ ਐਤਵਾਰ ਨੂੰ ਚੰਡੀਗੜ੍ਹ ਅਤੇ ਮੁਹਾਲੀ ਦੇ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ ਜਿਵੇਂ ਕਿ ਬੋਰਡ ਨੇ ਪਹਿਲਾਂ ਹੀ ਦੱਸਿਆ ਸੀ ਕਿ ਦੋ ਚਰਨਾਂ ਦੇ ਵਿੱਚੇ ਪੇਪਰ ਹੋਵੇਗਾ ਠੀਕ ਹੈ ਜੀ ਪਹਿਲੇ ਚਰਨ ਦੀ ਪ੍ਰੀਖਿਆ ਦੇ ਵਿੱਚੋਂ ਜੋ ਕੈਂਡੀਡੇਟ ਸ਼ਾਰਟ ਲਿਸਟ ਹੋਣ ਵਾਲੇ ਉਮੀਦਵਾਰ ਨੇ ਉਨ੍ਹਾਂ ਦੀ ਸੂਚੀ ਹੈ ਲਿਖਤੀ ਪ੍ਰੀਖਿਆ ਦਾ ਜੋ ਸਮਾਂ ਰਹੇਗਾ ਕੇਂਦਰ ਰਹੇਗਾ ਤੇ ਲਿਖਤੀ ਪ੍ਰੀਖਿਆ ਵਿੱਚ ਹਾਜ਼ਰ ਹੋਣ ਦੇ ਲਈ ਜੋ ਲੋੜਿੰਦਾ ਐਡਮਿਟ ਕਾਰਡ ਹੈ ਜਾਂ ਰੋਲ ਨੰਬਰ ਹੈ ਤੇ ਹੋਰ ਪ੍ਰੀਖਿਆ ਦੇ ਜੋ ਨਿਯਮ ਸ਼ਰਤਾਂ ਤੇ ਬੰਨਾਂ ਨੇ ਹਦਾਇਤਾਂ ਨੇ ਤੇ ਹੋਰ ਜਾਣਕਾਰੀ ਆ ਜੋ ਬਾਅਦ ਦੇ ਵਿੱਚ ਵਿਭਾਗ ਦੀ ਅਫੀਸ਼ੀਅਲ ਵੈੱਬਸਾਈਟ ਦੇ ਉੱਪਰ ਉਪਲਬਧ ਕਰਵਾਈ ਜਾਵੇਗੀ ਹਾਂਜੀ ਇਹ ਹੀ ਦੱਸਿਆ ਜਾ ਰਿਹਾ ਜੀ ਕਿ 5 ਸਤੰਬਰ 2021 ਨੂੰ ਦੂਸਰੇ ਚਰਨ ਦੀ ਪ੍ਰੀਖਿਆ ਹੋਣੀ ਹੈ ਨੈਰੀ ਪਟਵਾਰੀ ਇਹ ਮਾਲ ਪਟਵਾਰੀ ਤੇ ਜ਼ਿਲ੍ਹੇਦਾਰਾਂ ਦੀ ਠੀਕ ਹੈ ਜੀ ਤਾਂ ਅੱਗੇ ਦੱਸਿਆ ਗਿਆ ਜੀ ਕਿ ਪਹਿਲੇ ਚਰਨ ਦੀ ਪ੍ਰੀਖਿਆ ਵਿੱਚ ਸ਼ਾਰਟ ਲਿਸਟ ਹੋਣ ਵਾਲੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਤਾਜ਼ਾ ਜਾਣਕਾਰੀ ਦੇ ਲਈ ਬੋਰਡ ਦੀ ਵੈੱਬਸਾਈਟ ਸਮੇਂ-ਸਮੇਂ ਤੇ ਚੈੱਕ ਕਰਦੇ ਰਹਿਣ ਠੀਕ ਹੈ ਜੀ ਤਾਂ ਦੱਸਿਆ ਗਿਆ ਜੀ ਕਿ 5 ਸਤੰਬਰ 2021 ਨੂੰ ਦਿਨ ਐਤਵਾਰ ਨੂੰ ਚੰਡੀਗੜ੍ਹ ਤੇ ਮੁਹਾਲੀ ਦੇ ਵਿੱਚ ਦੂਸਰੇ ਚਰਨ ਦੀ ਪ੍ਰੀਖਿਆ ਯੋਜਿਤ ਕੀਤੀ ਜਾਣੀ ਹੈ ਉਮੀਦਵਾਰਾਂ ਦੀ ਸੂਚੀ ਹੈ ਜੋ ਐਡਮਿਟ ਕਾਰਡ ਨੇ ਪ੍ਰੀਖਿਆ ਕੇਂਦਰ ਲਿਖਤੀ ਪ੍ਰੀਖਿਆ ਵਿੱਚ ਹਾਜ਼ਰ ਹੋਣ ਲਈ ਐਡਮਿਟ ਕਾਰਡ ਹੈ ਜੋ ਉਹ ਸੂਚੀ ਆ ਵਿਭਾਗ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਜਦੋਂ ਅਪਲੋਡ ਕਰ ਦਿੱਤੀ ਜਾਵੇਗੀ ਤੁਹਾਨੂੰ ਵੀਡੀਓ ਦੇ ਰਾਹੀਂ ਫੇਰ ਇਨਫੋਰਮੇਸ਼ਨ ਦਵਾਂਗੇ ਹੋਰ ਜਾਣਕਾਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਦੋਸਤਾਂ ਦੇ ਨਾਲ ਸ਼ੇਅਰ ਕਰੋ